ਪੰਚ ਪੰਜਾਬ ਵੱਲੋਂ ਪਹੁੰਚੇ ਹਾਂ ਬਡਾਲਾ ਸਾਹਿਬ ਦੇ ਘਰ ਅਤੇ ਇੱਥੇ ਬਹੁਤ ਸਾਰੇ ਨੌਜਵਾਨ ਜਿਹੜੇ ਇਹਨਾਂ ਨੇ ਸਰੋਪਾ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਤਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੇ ਸਾਰੇ ਨੌਜਵਾਨ ਆ ਇਹ ਕਿਹੜੇ ਕਿਹੜੇ ਪਿੰਡ ਦੇ ਆ ਅਤੇ ਇਹ ਆਪਣੇ ਅਕਾਲੀ ਦਲ 'ਚ ਸ਼ਾਮਿਲ ਹੋਏ ਆ ਅਤੇ ਸਤਿ ਸ਼੍ਰੀ ਅਕਾਲ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਨਕੋਦਰ ਦੇ ਪਿੰਡਾਂ ਦੇ ਕਾਫੀ ਵੱਡੀ ਗਿਣਤੀ ਵਿੱਚ ਨੌਜਵਾਨ ਆਏ ਨੇ ਯੰਗ ਲੜਕੇ ਆਏ ਆ ਜਿਨ੍ਹਾਂ ਨੇ ਆਪਣਾ ਮਨ ਬਣਾਇਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਅਤੇ ਜਿਹੜਾ BSP ਦਾ ਅਲਾਇੰਸ ਆ ਉਹਦੇ ਨਾਲ ਅਸੀਂ ਤਕੜੇ ਹੋ ਕੇ ਕੰਮ ਕਰਾਂਗੇ ਸੇਵਾ ਕਰਾਂਗੇ ਇਹ ਮੁੰਡੇ ਸਾਰੇ ਆਪਣੇ ਨਕੋਦਰ ਹਲਕੇ ਦੇ ਆ ਨਕੋਦਰ ਸ਼ਹਿਰ ਦੇ ਵੀ ਹੈਗੇ ਆ ਜਿਵੇਂ ਚੱਕ ਮੁਗਲਾਣੀ ਆ ਚਾਨੀਆਂ ਆ ਸਰੀ ਆ ਟਾਹਲੀ ਆ ਮੀਰਾਂਪੁਰ ਆ ਸਰਖਪੁਰ ਆ ਨਕੋਦਰ ਸ਼ਹਿਰ ਆ ਅਤੇ ਸ਼ੰਕਰ ਹੋ ਗਿਆ ਸਾਰੇ ਆਸ ਪਾਸ ਦੇ ਕਹਿ ਲਓ ਮੰਜਗੀ ਦੇ ਪਿੰਡਾਂ ਦੇ ਜ਼ਿਆਦਾਤਰ ਨੌਜਵਾਨ ਆ ਬੜੀ ਖੁਸ਼ੀ ਹੈ ਸਾਨੂੰ ਬੜੇ ਯੰਗ ਮੁੰਡੇ ਆ ਪੜ੍ਹਦੇ ਕੋਈ ਸਕੂਲਾਂ 'ਚ ਪੜ੍ਹਦਾ ਕੋਈ ਕਾਲਜ 'ਚ ਪੜ੍ਹਦਾ ਅਤੇ ਕੋਈ ਆਪਣਾ ਕਾਰੋਬਾਰ ਕਰਦਾ ਇਹ ਵਿਸ਼ੇਸ਼ ਉਪਰਾਲਾ ਸਾਡਾ ਬੜਾ ਪਿਆਰਾ ਪੁਰਾਣਾ ਸਾਥੀ ਜੋਗਾ ਸਿੰਘ ਚੱਕ ਮੁਗਲਾਣੀ ਜਿਹੜਾ ਇੱਕ ਬੜੀ ਧਾਰਮਿਕ ਸੇਵਾ ਵੀ ਕਰਦਾ ਆ ਬਾਬਿਆਂ ਦੇ ਆਪਣੇ ਦਰਬਾਰ ਦੀ ਉਹਨਾਂ ਦੇ ਚਰਨਾਂ ਛੜਾਂ ਵੇਲੇ ਜੁੜ ਕੇ ਰਹਿੰਦਾ ਅਤੇ ਸੰਗਤ ਨੂੰ ਵੀ ਲੈ ਕੇ ਜਾਂਦਾ ਧਾਰਮਿਕ ਸਥਾਨਾਂ 'ਤੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਸਹੀ ਜਿਹੜਾ ਰਸਤਾ ਦਿਖਾਉਂਦਾ ਆ ਧਰਮ ਦਾ ਸੱਚਾਈ ਦਾ ਸੇਵਾ ਦਾ ਅਤੇ ਆਪਣਾ ਸਮਰਪਿਤ ਹੋ ਕੇ ਆਪਣੀ ਜਿਹੜੀ ਹੈਗੀ ਆ ਸਮਾਜ ਵਾਸਤੇ ਕੰਮ ਕਰਨ ਦਾ ਸੋ ਜੋਗਾ ਸਿੰਘ ਦਾ ਉਪਰਾਲਾ ਇਹ ਸਾਰੇ ਨੌਜਵਾਨਾਂ ਨੂੰ ਲੈ ਕੇ ਆਇਆ ਅਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜਿਹੜੇ ਜਿਹੜੇ ਤੁਸੀਂ ਆ ਕੇ ਆਪਣਾ ਮਨ ਬਣਾਇਆ ਅਕਾਲੀ ਦਲ ਨਾਲ ਕੰਮ ਕਰਨ ਦਾ ਤਕੜੇ ਹੋ ਕੇ ਆਪਾਂ ਕੰਮ ਕਰਾਂਗੇ ਅਤੇ ਆਪਾਂ ਆਪਣੇ ਇਲਾਕੇ ਦੀ ਆਪਣੇ ਲੋਕਾਂ ਦੀ ਵੋਟਰਾਂ ਦੀ ਪਰਿਵਾਰਾਂ ਦੀ ਲੋੜਵੰਦਾਂ ਦੀ ਸੇਵਾ ਕਰਾਂਗੇ ਇਹ ਜਿੰਨੇ ਨੌਜਵਾਨ ਆ ਸਾਰੇ ਇਹ ਕਿਸੇ ਹੋਰ ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ ਆ ਇਹਦੇ ਬਾਰੇ ਇੱਦਾਂ ਜੀ ਵੀ ਦੇਖੋ ਜਿੱਦਾਂ ਜਿਹੜਾ ਆਪਣੇ ਇਲੈਕਸ਼ਨ ਦਾ ਮਾਹੌਲ ਆਈ ਜਾਂਦਾ ਨੇੜੇ ਹੁਣ ਥੋੜ੍ਹੇ ਮਹੀਨੇ ਰਹਿ ਗਏ ਆ ਜਦੋਂ ਇਲੈਕਸ਼ਨ ਦਾ ਐਲਾਨ ਹੋ ਜਾਣਾ ਉਹਦੇ ਨਾਲ ਜਿਹੜੀ ਸਿਆਸੀ ਐਕਟੀਵਿਟੀ ਹੌਲੀ ਹੌਲੀ ਵੱਧਦੀ ਜਾਣੀ ਆ ਪਹਿਲਾਂ ਕਰੋਨਾ ਸੀਗਾ ਦੂਜੀ ਲਹਿਰ ਆਈ ਬੜੀ ਭਿਆਨਕ ਸੀ ਉਹ ਲੰਘ ਗਿਆ ਪਹੁੰਚੋ ਚਲੋ ਪਰਮਾਤਮਾ ਗਾਂਹ ਵੀ ਬਚਾਅ ਕਰੇ ਆਪਣੇ ਦੇਸ਼ ਦਾ ਸਾਰੀ ਸੰਗਤ ਦਾ ਸਾਰੀ ਮਾਨਵਤਾ ਦਾ ਸਾਰੀ ਦੁਨੀਆ ਦਾ ਬਚਾਅ ਹੋਣਾ ਚਾਹੀਦਾ ਕਰੋਨਾ ਤੋਂ ਅਤੇ ਜਿਵੇਂ ਇਲੈਕਸ਼ਨ ਨੇੜੇ ਆ ਰਹੀ ਹੈ ਪੰਜਾਬ ਦੀ ਉਹਦੇ ਨਾਲ ਹੀ ਆਪਣੇ ਲੋਕਾਂ 'ਚ ਜਜ਼ਬਾ ਪੈਦਾ ਹੋ ਰਿਹਾ ਕਿ ਅਸੀਂ ਕਿਹੜੀ ਪਾਰਟੀ ਜਿਹੜੀ ਆਪਣੇ ਸਹੀ ਤਰੀਕੇ ਨਾਲ ਜਿਹੜੀ ਆਪਣੇ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਪੰਜਾਬ ਦੀ ਸੇਵਾ ਕਰ ਸਕਦੀ ਆ ਉਹਨਾਂ ਜੁੜੀਏ ਉਹ ਇਹ ਸਾਰਿਆਂ ਨੇ ਚੁਣਿਆ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੋ ਇਹ ਕਾਂਗਰਸ ਪਾਰਟੀ ਨੂੰ ਆਮ ਆਦਮੀ ਨੂੰ ਜਾਂ ਜਿੱਥੇ ਜਿੱਥੇ ਕਈ ਵਾਰ ਸਾਂਝ ਹੁੰਦੀ ਆ ਲੋਕਤੰਤਰ ਆ ਸਾਰੀਆਂ ਪਾਰਟੀਆਂ ਆ ਕੋਈ ਐਸੀ ਗੱਲ ਨਹੀਂ ਪਰ ਹੁਣ ਜਿਵੇਂ ਦਾ ਅਲਾਇੰਸ ਵੀ ਆਪਣਾ ਪਿੱਛੇ ਜੇ ਅਨਾਊਂਸ ਹੋ ਗਿਆ ਅਕਾਲੀ ਦਲ BSP ਦਾ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ 'ਚ ਜਜ਼ਬਾ ਆ ਗਿਆ ਇੱਕ ਨਵਾਂ ਮੋੜ ਆਪਣੇ ਕੱਟਿਆ ਪੰਜਾਬ ਦੀ ਰਾਜਨੀਤੀ ਨੇ ਉਸ ਅਕਾਲੀ ਬਸਪਾ ਅਲਾਇੰਸ ਤੋਂ ਬਾਅਦ 'ਚ ਉਸ ਮੋੜ ਦਾ ਰਿਜ਼ਲਟ ਇਹ ਆ ਰਿਹਾ ਕਿ ਲੋਕਾਂ 'ਚ ਜਨਤਾ 'ਚ ਵੋਟਰਾਂ 'ਚ ਖਾਸ ਕਰ ਨੌਜਵਾਨਾਂ 'ਚ ਬੜਾ ਉਤਸ਼ਾਹ ਆ ਕਿ ਅਸੀਂ ਹੁਣ ਜਿਹੜੀ ਇੱਕ ਵਧੀਆ ਗੱਠਜੋੜ ਬਣ ਗਿਆ ਇਹਦੇ ਵਾਸਤੇ ਅਸੀਂ ਕੰਮ ਕਰਾਂਗੇ ਸੇਵਾ ਕਰਾਂਗੇ ਅਤੇ ਇਹਨਾਂ ਨੂੰ ਆਸ ਵੱਜ ਗਈ ਕਿ ਇਸ ਗੱਠਜੋੜ ਦੀ ਆਉਣ ਵਾਲੇ ਸਮੇਂ 'ਚ ਸਰਕਾਰ ਬਣੂਗੀ ਇਸ ਕਰਕੇ ਵੱਖਰੀਆਂ ਵੱਖਰੀਆਂ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਇਹ ਆਪਣਾ ਜਿਹੜਾ ਨਾਤਾ ਬਣਾਉਣਾ ਚਾਹੁੰਦੇ ਆ ਜੁੜਨਾ ਚਾਹੁੰਦੇ ਆ ਅਤੇ ਅਸੀਂ ਜੋਗਾ ਸਿੰਘ ਹੁਣਾਂ ਨਾਲ ਵੀ ਗੱਲ ਕਰਾਂਗੇ ਚੱਕ ਮਗਲਾਣੀ ਤੋਂ ਜਿਹੜਾ ਇੱਕ ਨੌਜਵਾਨਾਂ ਦਾ ਜਥਾ ਜਿਹੜਾ ਲੈ ਕੇ ਇਹ ਬਡਾਲਾ ਸਾਹਿਬ ਕੋਲ ਪਹੁੰਚੇ ਆ ਅਤੇ ਕੀ ਮਕਸਦ ਸੀਗਾ ਕਿ ਕਿਹੜੀ ਸੋਚ 'ਤੇ ਪਹਿਰਾ ਦੇਣ ਲਈ ਅਕਾਲੀ ਦਲ ਦੇ ਨਾਲ ਜਿਹੜਾ ਆ ਉਹ ਸੋਚਿਆ ਕਿ ਨੌਜਵਾਨਾਂ ਨੇ ਜੁੜਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਮਤਲਬ ਪੰਜਾਬ ਸਰਕਾਰ ਮਹਾਰਾਜ ਕੈਪਟਨ ਸਾਹਿਬ ਚੱਲਦੀ ਆ ਬੜਾ ਚਿਰ ਰਾਜ ਕੀਤਾ ਇਹਨਾਂ ਨੇ ਸਾਡੇ ਲੋਕਾਂ ਦੇ ਉੱਪਰ ਅਤੇ ਪਰ ਸਾਡੇ ਸਮਾਜ ਦਾ ਇਹਨਾਂ ਨੇ ਕੁਛ ਸੋਚਿਆ ਨਹੀਂ ਕੁਛ ਨਹੀਂ ਕੀਤਾ ਇਹਨਾਂ ਨੇ ਔਰ ਸਾਨੂੰ ਇਹ ਇਨਸਾਨੀ ਪੱਖੋਂ ਵੀ ਸਾਨੂੰ ਮਾੜਾ ਦੱਸਦੇ ਪਏ ਸੀ ਮਤਲਬ ਸਾਡੀ ਕੌਮ ਨੂੰ ਇਸ ਕਰਕੇ ਮਤਲਬ ਇਹ ਜੋ ਨੌਜਵਾਨ ਸਾਡੇ ਨਾਲ ਜੁੜੇ ਆ ਬਾਬਾ ਬਾਲਕ ਨਾਥ ਮੰਦਰ ਸਾਡੇ ਬਾਲਕ ਨਾਥ ਜੀ ਪਿੰਡ ਚੱਕ ਮਗਰਾਣੀ ਆ ਉੱਥੇ ਸਾਰੇ ਸੇਵਾ ਕਰਾਉਂਦੇ ਆ ਇਹ ਸਾਰਿਆਂ ਨੇ ਮਨ ਬਣਾਇਆ ਵੀ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਜੀ ਜੋ ਕਿ ਗਰੀਬਾਂ ਦੀ ਬਾਂਹ ਫੜਦੇ ਆ ਕਿਸੇ ਦਾ ਕੰਮ ਕੰਮ ਤੋਂ ਨਹੀਂ ਇਹ ਚਾਹੇ ਕਾਂਗਰਸ ਹੋਵੇ ਚਾਹੇ ਕੱਲ੍ਹ ਕੋਈ ਮਤਲਬ ਪਾਰਟੀ ਹੋਵੇ ਬਿਲਕੁਲ ਨਿਆਂ ਦਾ ਬਿਲਕੁਲ ਸਹੀ ਕੰਮ ਕਰਕੇ ਸਾਡਾ ਮਨ ਖੁਸ਼ ਕਰਦੇ ਜੀ ਇਹ ਇਸ ਕਰਕੇ ਸਾਰੇ ਮਤਲਬ ਇਹ ਤਾਂ ਜੁੜੇ ਸਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਔਰ ਮਤਲਬ ਸਾਡਾ ਪੂਰਾ ਮਤਲਬ ਅਸੀਂ ਗਾਂਹ ਜਾ ਕੇ ਵੀ ਹੋਰ ਸਾਥੀ ਨਾਲ ਜੋੜਾਂਗੇ ਆਪਦੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੌਜੂਦ ਕਰ ਸਕੀਏ।